ਅਸਲਾਮ ਅਲੈਕੁਮ ਜੀ ਤੇ ਅੱਜ ਦਾ ਮੇਰਾ ਫਿਰ ਦੂਸਰਾ ਵਲੌਗ ਜੀ ਤੇ ਅੱਜ ਅਸੀਂ ਤੁਹਾਨੂੰ ਸਿਖਾਉਂਦੇ ਆ ਵੀ ਤੁਹਾਨੂੰ ਪੱਠੇ ਪਾਣੇ ਆਉਂਦੇ ਹੈਗੇ ਕਿਹਨੂੰ ਕਿਹਨੂੰ ਪੱਠੇ ਪਾਣੇ ਆਉਂਦੇ ਆ ਪੱਠੇ ਪਾਉਣ ਦਾ ਤਾਂ ਪਤਾ ਨਹੀਂ ਪੱਠੇ ਵੱਢਣ ਵਾਲਾ ਕੰਮ ਕਰਦੇ ਹਾਂ ਅੱਜ ਤੇ ਅੱਜ ਜੀ ਮੈਂ ਚੱਲਿਆ ਸੀ ਹੁਣ ਪੱਠੇ ਵੱਢਣ ਵਾਸਤੇ ਤੇ ਮੁਲਾਜ਼ਮ ਪੱਠੇ ਵੱਢ ਰਿਹਾ ਸੀ ਬੱਚਾਂ ਵਾਸਤੇ ਬੈਕ ਸਾਈਡ 'ਤੇ ਅਤੇ ਮੈਂ ਕਿਹਾ ਜ਼ਰਾ ਮੈਂ ਵੀ ਚੈੱਕ ਕਰਾਂ ਵੀ ਪੱਠੇ ਕਿਵੇਂ ਵੱਢੀ ਦੇ ਅਤੇ ਚੱਲ ਕੇ ਪੱਠੇ ਵੱਢਣੇ ਆ ਜੀ ਸਾਰ ਇਕੱਲੇ ਇਕੱਲੇ ਨਾ ਵੱਢ ਲਈ ਮੈਂ ਵੀ ਵਡਾਣੇ ਆ ਤੇ ਪਾਣੀ ਲੱਗਾ ਹੋਇਆ ਕਿ ਕਿਹੜੇ ਪਾਸੋਂ ਆਵਾਂ ਮਾਸੀ ਕੀ ਹਾਲ ਹੈ ਉਹ ਮਾਸੀ ਡਾਣੀ ਹੈ ਮਾਸੀ ਪਿੱਛੇ ਪੱਠੇ ਵੱਢੀ ਜਾ ਰਹੀ ਹੈ ਦੇਖੋ ਉਹ ਜਾ ਰਹੀ ਨਾ ਮਾਸੀ ਮੇਰੀ ਮਾਸੀ ਜੀ ਕਿਸੇ ਹੋਰ ਦੀ ਮਾਸੀ ਤੇ ਇਹ ਦੇਖੋ ਜੀ ਪਾਣੀ ਲੱਗਾ ਪਿਆ ਤੇ ਮੇਰੇ ਬੂਟੇ ਗਏ ਕਿਸੇ ਪਾਸੋਂ ਜੁਗਾੜ ਸੁਗਾੜ ਲਗਾ ਕੇ ਜਾਣੇ ਆ ਜੀ ਤੁਹਾਡੇ ਵਾਸਤੇ ਪੱਠਿਆਂ ਦਾ ਵਲੌਗ ਵੀ ਬਣਾ ਹੀ ਦਈਏ ਤੇ ਇੱਧਰ ਦੀ ਮੇਰੇ ਖਿਆਲ ਪਾਣੀ ਕੋਈ ਨਹੀਂ ਹੈਗਾ ਕਿਹੜੇ ਪਾਸੇ ਪਾਣੀ ਕੋਈ ਨਹੀਂ ਉਸ ਪਾਸੇ ਇਹ ਜੀ ਦੰਦ ਰੇੜਾ ਆਇਆ ਖੜਾ ਹੈ ਜੀ ਤੇ ਇਹ ਭਾਈ ਪੱਠੇ ਵੱਢਦੇ ਪਏ ਜੀ ਇਹ ਵੇਖੋ ਛੋਟਾ ਜਿਹਾ ਵਲੌਗ ਹੈ ਤੁਹਾਡੇ ਵਾਸਤੇ ਤੇ ਇਹ ਚਾਚਾ ਕੀ ਹੈ ਚਾਚਾ ਕੀ ਹਾਲ ਹੈ ਜੀ ਪੱਠੇ ਵੱਢ ਰਹੇ ਜੀ ਪੱਠੇ ਵੱਢੇ ਜਾਣ ਤੇ ਹੁਣ ਜ਼ਰਾ ਅਸੀਂ ਤੁਹਾਡੇ ਸਾਹਮਣੇ ਨਾ ਜ਼ਰਾ ਪੱਠੇ ਉਹਦੇ ਉੱਤੇ ਚਾਰੇ ਸੁੱਟਾਂਗੇ ਤੁਸੀਂ ਜ਼ਰਾ ਵਹਿੰਦੇ ਰਹੋ ਸਾਨੂੰ ਠੀਕ ਹੈ ਨਾ ਇੱਥੇ ਅਸੀਂ ਕੈਮਰਾ ਖੜਾ ਕਰ ਦੇਵਾਂਗੇ ਸਕੂਨ ਨਾਲ ਚਲੋ ਜੀ ਤੇ ਕੈਮਰਾ ਓਕੇ ਹੋ ਗਿਆ ਜੀ ਹੁਣ ਕੋਈ ਪੱਠੇ ਵੇਨਾਂ ਕੋਲ ਪੈ ਜਾਣ ਤਾਂ ਉਹ ਚੁੱਕ ਕੇ ਛੱਡੀਏ ਜੀ ਇਹ ਪੈ ਜੀ ਪੱਠੇ ਅਸੀਂ ਚੁੱਕ ਲਏ ਅੱਜ ਅਸੀਂ ਆ ਕੇ ਜ਼ਰਾ ਨਾਲ ਅਸੀਂ ਵੀ ਕੰਮ ਕਰਾ ਦਈਏ ਬੰਦੇ ਰਹਿਣਗੇ ਰੇੜਾ ਲੈ ਚੱਲਣਾ ਉਸ ਪਾਸੇ ਜੀ ਤੇ ਪੱਜਣ ਆ ਲਗਾਮ ਨਾ ਪਾਓ ਜੀ ਚੱਲ 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 ਮੇਰੇ ਟੱਪ ਜਾ ਕੇ ਪਿੱਛੋਂ ਉਧਰ ਚੱਲ ਚੱਲ ਰੱਬ ਪਰਮਾਇਆ ਮਹਿਬੂਬਾ ਜ਼ਮਾਨੇ ਸਾਰੇ ਤੇਰੇ ਨੇ ਰੱਬ ਪਰਮਾਇਆ ਪਾਣੀ ਵੀ ਨੇ ਬਹੁਤ ਤੁਸੀਂ ਨੋਟ ਕਰੋ ਜੀ ਮੈਂ ਨੋਟ ਤੇ ਮੈਂ ਕਿਹਾ ਮੈਂ ਦੁਬਾਰ ਬੈਠਾ ਥੱਲੇ ਬਹੁਤ ਜ਼ਿਆਦਾ ਪਾਣੀ ਹੈਗਾ ਜੀ ਤੇ ਲਿਹਾਜ਼ਾ ਮੈਂ ਥੱਲੇ ਜਾ ਨਹੀਂ ਸਕਦਾ ਤੇ ਕਿਉਂਕਿ ਹੁਣ ਮੁਲਾਜ਼ਮ ਸਾਹਿਬ ਇਹਨਾਂ ਪੈ ਉਹ ਜ਼ਰਾ ਕਰਨਗੇ ਇਹ ਕੀ ਮੁਲਾਜ਼ਮ ਆ ਦੇਵੇ ਕਿਧਰੇ ਨਹੀਂ ਨਹੀਂ ਦੇਂਦਾ ਨਹੀਂ ਤੇ ਇਹ ਮੁਲਾਜ਼ਮ ਭਾਈ ਕਿਹੜਾ ਹੈ ਨਾ ਉਹ ਪੱਠੇ ਲੋਡ ਕਰਨਗੇ ਇਹ ਦੇਖੋ ਇਹ ਪੱਠੇ ਪੈ ਗਏ ਤੇ ਚਲੋ ਜੀ ਉਨੀ ਦੇ ਤੁਸੀਂ ਵੇਟ ਕਰੋ ਉਹ ਸਾਹਮਣੇ ਘਰ ਹੈ ਜੀ ਘਰ ਹੈਗਾ ਜੀ ਸਾਡਾ ਤੇ ਆਹ ਭਾਈ ਪੱਠੇ ਛੱਟੇ ਸੁੱਟ ਰਿਹਾ ਤੇ ਆਹ ਦੰਦ ਰੇੜਾ ਜਿਹਨੂੰ ਕਹਿੰਦੇ ਆ ਜੀ ਤੇ ਉਹ ਸਾਹਮਣੇ ਆਪਣਾ ਗਰੀਬ ਖਾਨਾ ਹੈ ਜੀ ਇਹ ਦੇਖੋ ਇਹ ਉਹ ਪਰੇ ਡੇਰਾ ਹੋ ਗਿਆ ਜੀ ਤੇ ਆਹ ਪੱਠੇ ਰਹਿ ਗਏ ਤੇ ਮੈਂ ਵੀ ਲੋਡ ਕਰਾਉਂਦਾ ਲੇਕਿਨ ਮੇਰੇ ਨਾ ਬੂਟ ਪਾਏ ਹੋਏ ਆ ਇਸ ਵਜ੍ਹਾ ਤੋਂ ਨਾ ਮੈਂ ਥੱਲੇ ਨਹੀਂ ਉਤਰਿਆ ਤੇ ਕਿਉਂਕਿ ਥੱਲੇ ਸਾਰਾ ਪਾਣੀ ਪਾਣੀ ਹੈ ਤੇ ਭਾਈ ਬਸ ਹੁਣ ਕਰੀਬ ਥੋੜ੍ਹੀ ਜਿਹਾ ਲੋਡ ਕਰ ਰਹੇ ਆ ਉਹ ਕਰ ਲੈਂਦੇ ਤੇ ਫਿਰ ਆਪਾਂ ਚੱਲਦੇ ਹਾਂ ਜੀ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਜੀ ਦਾਂ ਦੀ ਮੇਰੇ ਯਾਰ ਕੂਰੀਆਂ ਵੱਟ ਰਹੇ ਆ ਜੀ ਪਤਾ ਨਹੀਂ ਇਹਨੂੰ ਕੀ ਹੋਇਆ ਹੈਗਾ
ਅਸੀਂ ਆ ਗਏ ਜੀ ਸੁੱਕੇ ਤੇ ਅਜੇ ਪੱਠੇ ਲੋਡ ਕਰਨੇ ਕਿਉਂਕਿ ਥੱਲੇ ਪਾਣੀ ਸੀਗਾ ਇਸ ਵਜ੍ਹਾ ਤੋਂ ਭਾਈ ਨੇ ਕਿਹਾ ਕਿ ਤੁਸੀਂ ਜ਼ਰਾ ਸੁੱਕੇ ਤੇ ਆ ਜਾਓ ਕਿਉਂਕਿ ਥੱਲੇ ਅੱਗੇ ਜਗ੍ਹਾ ਥੋੜੀ ਸੀਗੀ ਪੱਠੇ ਡਾਲਣੇ ਸੀ ਤੇ ਮੈਂ ਆ ਕੇ ਚੱਲ ਤੋਂ ਮੜਾ ਸੀਨਾ ਜ਼ਰਾ ਇੱਧਰ ਖੜੇ ਹੋ ਜਾਣੇ ਭਾਈ ਨੇ ਜ਼ਰਾ ਪੱਠੇ ਲੋਡ ਕਰ ਲੈਂਦਾ ਤੇ ਫਿਰ ਅਸੀਂ ਤੁਹਾਡੀ ਇੱਥੇ ਵੀਡੀਓ ਨਾ ਖਤਮ ਕਰਨੇ ਕਿਉਂਕਿ ਇੱਥੇ ਪੱਠੇ ਛੱਟੇ ਵੱਢੀ ਦਿਆ ਤੇ ਭਾਈ ਪੱਠੇ ਵਗੈਰਾ ਵੱਢ ਕੇ ਉਹਨਾਂ ਨੂੰ ਲੋਡ ਕਰਕੇ ਤੇ ਉੱਧਰ ਲੈ ਜਾਣ ਦੇ ਮਾਲ ਵਾਲੇ ਪਾਣੇ 'ਚ ਉੱਥੇ ਫਿਰ ਪੁੱਤਰ ਛੁੱਤਰ ਕੇ ਫਿਰ ਇਹ ਮੱਝਾਂ ਪਾਣਗੇ ਠੀਕ ਹੋ ਗਏ ਜੀ ਤੇ ਆਹ ਨਾਲ ਸਬਜ਼ੀ ਵਗੈਰਾ ਵੀ ਲੱਗੀ ਹੋਈ ਹੈ ਜੀ ਤੇ ਅੱਜ ਸਬਜ਼ੀ ਮੇਰੇ ਖਿਆਲ ਪਾਣੀ ਛਾਣ ਵੀ ਲਾਇਆ ਇਹ ਦੇਖੋ ਇਹ ਪਿੱਛੇ ਸਬਜ਼ੀ ਵਗੈਰਾ ਸਾਰੀ ਆਹ ਟਿੰਡੇ ਚਕੋਤਰੇ ਇਹ ਉਹ ਸਾਰਾ ਕੁਛ ਉਹ ਹੋ ਗਿਆ ਇਹ ਦੇਖੋ ਪਿੱਛੇ ਟਿੰਡੇ ਚਕੋਤਰੇ ਸਭ ਕੁਛ ਲੱਗੇ ਹੋਏ ਠੀਕ ਹੈ ਤੇ ਓਕੇ ਹੋ ਗਿਆ ਜੀ ਇਹ ਛੋਟਾ ਜਿਹਾ ਵਲੌਗ ਇੱਕ ਸਾਡੀ ਤਰਫੋਂ ਤੁਹਾਡੇ ਵਾਸਤੇ ਅਤੇ ਆਪਣੇ ਭਰਾ ਨੂੰ ਸੇਰ ਸਾਰੀ ਮੁਹੱਬਤ ਦੇਣਾ ਅਤੇ ਮੈਂ ਇੱਧਰ ਦੀ ਚੱਲਣਾ ਥੋੜ੍ਹੀ ਜਿਹਾ ਉਸ ਪਾਸੇ ਦੇ ਨਹੀਂ ਪਿੱਛੇ ਜ਼ਰਾ ਅੰਮਾ ਨੂੰ ਮਿਲ ਕੇ ਅਤੇ ਫਿਰ ਨਿਕਲਦੇ ਹਾਂ ਵਾਪਸੀ ਸ਼ਹਿਰ ਵਾਲੇ ਪਾਸੇ ਗੱਡੀ ਖਿੱਚਾਂਗੇ ਅਤੇ ਗਏ ਆਪਾਂ ਕੈਂਟ ਮਾਹੌਲ ਆਪਾਂ ਕਿਉਂਕਿ ਉਤੋਂ ਰੋਜ਼ੇ ਦਾ ਟਾਈਮ ਵੀ ਹੋਣ ਵਾਲਾ ਪਿਆ ਅਤੇ ਰੋਜ਼ੇ ਦਾ ਟਾਈਮ ਥੋੜ੍ਹਾ ਹੈਗਾ ਅਤੇ ਰੋਜ਼ਾ ਆਪਾਂ ਜਾ ਕੇ ਸ਼ਹਿਰ ਇਫਤਿਆਰ ਕਰਨਾ ਹੈ ਜੀ ਅਤੇ ਇੱਥੇ ਅੰਮੀ ਅੱਬੂ ਆਉਂਦੇ ਆ ਅੰਮੀ ਅੱਬੂ ਬਾਕੀ ਜ਼ਮੀਨਾਂ ਸ਼ਮੀਨਾਂ ਇੱਥੇ ਹੁੰਦੀਆਂ ਮੈਂ ਆਉਂਦਾ ਉੱਥੇ ਸਿਟੀ 'ਚ ਛੋਟਾ ਜਿਹਾ ਸਿਟੀ ਹੈ ਜੀ ਸਿਟੀ ਦਾ ਨਾਂ ਹੈ ਜੀ ਕੱਚੇ ਖੂਹ ਕੱਚੇ ਖੂਹ ਅਤੇ ਇਹ ਹੁਣ ਆਪਾਂ ਜਾ ਰਹੇ ਹਾਂ ਜੀ ਬਾਹਰੋਂ ਬਾਹਰ ਸੋਲੰਗ ਲੱਗਿਆ ਥੱਲੇ ਪੱਕਾ ਯਾਰ ਬਾਹਰੋਂ ਬਾਹਰ ਘਰ ਦੇ ਬਾਹਰੋਂ ਬਾਹਰ ਸਾਰਾ ਸੋਲੰਗ ਲਵਾਇਆ ਅਤੇ ਹੁਣ ਆਪਾਂ ਚੱਲਦੇ ਹਾਂ ਅੰਮਨ ਨੂੰ ਮਿਲਦੇ ਹਾਂ ਅਤੇ ਭਾਵੇਂ ਅੰਮਨ ਨੂੰ ਮਿਲ ਕੇ ਫਿਰ ਅਸੀਂ ਇੱਥੋਂ ਜ਼ਰਾ ਨਿਕਲਦੇ ਹਾਂ ਟਾਪੋ ਟਾਪ ਕਿਉਂਕਿ ਟਾਈਮ ਬਹੁਤ ਥੋੜ੍ਹਾ ਰਹਿ ਗਿਆ ਅਤੇ ਆਪਣੀਆਂ ਦੁਆਵਾਂ ਯਾਦ ਰੱਖਣਾ ਜੀ ਓਕੇ ਹੋ ਗਿਆ ਮਿਲਦੇ ਹਾਂ ਫਿਰ ਅਗਲੇ ਵਲੌਗ ਵਿੱਚ ਖੁਦਾ ਹਾਫਿਜ਼।